ऑकलैंड ਅਤੇ ਵਾਇਕਾਟੋ ਦੇ ਜਿਨ੍ਹਾਂ ਇਲਾਕਿਆਂ ਵਿੱਚ ਇਸ ਵੇਲੇ ਲੈਵਲ 3 ਲਾਗੂ ਹੈ ਉੱਥੇ ਅਗਲੇ ਹਫ਼ਤੇ ਤੋਂ ਨਵੇਂ ਰੋਡ ਮੈਪ ਸਿਸਟਮ ਤਹਿਤ ਸਟੈਪ 2 ਲਾਗੂ ਹੋ ਜਾਏਗਾ। ਇਸ ਬਦਲਾਅ ਨਾਲ ਦਿਸ਼ਾ ਨਿਰਦੇਸ਼ਾਂ ਵਿੱਚ ਢਿੱਲ ਮਿਲੇਗੀ ਅਤੇ ਰਿਟੇਲ ਕਾਰੋਬਾਰਾਂ ਨੂੰ ਮੁੜ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਹ ਬਦਲਾਅ ਮੰਗਲਵਾਰ 9 ਨਵੰਬਰ ਤੋਂ ਰਾਤ 12 ਵਜੇ ਲਾਗੂ ਹੋਵੇਗਾ। ਜਨਤਕ ਥਾਵਾਂ ਜਿਵੇਂ ਕਿ ਮਿਊਜ਼ੀਅਮ ਅਤੇ ਲਾਇਬ੍ਰੇਰੀ ਆਦਿ ਵੀ ਖੋਲ੍ਹੀਆਂ ਜਾਣਗੀਆਂ, ਬਸ਼ਰਤੇ ਮਾਸਕ ਅਤੇ ਸੋਸ਼ਲ ਡਿਸਟੈਂਸਿੰਗ ਜ਼ਰੂਰੀ ਹੋਏਗੀ। ਉੱਥੇ ਪਬਲਿਕ ਗੈਦਰਿੰਗ ਦੀ ਸੀਮਾ 10 ਤੋਂ ਵਧਾ ਕੇ 25 ਕਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਯੋਗਾ ਜਾਂ ਹੋਰ ਕਸਰਤ ਦੀਆਂ ਕਲਾਸਾਂ 25 ਤੱਕ ਦਾ ਇਕੱਠ ਕਰ ਸਕਣਗੀਆਂ ਅਤੇ 2 ਮੀਟਰ ਦੀ ਫਿਜ਼ੀਕਲ ਡਿਸਟੈਂਸਿੰਗ ਲਾਜ਼ਮੀ ਹੋਏਗੀ। ਬਾਕੀ ਦੇ ਦਿਸ਼ਾ ਨਿਰਦੇਸ਼ ਸਟੈਪ 1 ਵਾਲੇ ਹੀ ਅਮਲ ਵਿੱਚ ਰਹਿਣਗੇ। ਬਿਊਰੋ ਰਿਪੋਰਟ, NZ ਪੰਜਾਬੀ ਨਿਊਜ਼।